ਯੂਪੀ ਦੇ ਵਿੱਚ ਮੁਗਲ ਸਰਾਏ ਸਟੇਸ਼ਨ ਦਾ ਜਿਹੜਾ ਨਾਮ ਬਦਲ ਕੇ ਓਫੀਸ਼ੀਅਲ ਤੌਰ 'ਤੇ ਦੀਨ ਦਿਆਲ ਸਟੇਸ਼ਨ ਜਿਹੜਾ ਹੈ ਰੱਖ ਦਿੱਤਾ ਜਾਵੇਗਾ। ਦੱਸਦੇ ਚਲੀਏ ਕਿ ਮੁਗਲ ਸਰਾਏ ਸਟੇਸ਼ਨ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਭਾਰਤ ਦੇ ਵਿੱਚ ਸਟੇਸ਼ਨ ਹੈ ਉਹ ਮੰਨਿਆ ਜਾਂਦਾ ਹੈ। ਕੀ ਕਹੋਗੇ ਅਵਤਾਰ ਸਿੰਘ ਜੀ ਇਸ ਜੰਕਸ਼ਨ ਬਾਰੇ? ਹਾਂਜੀ ਹਾਂਜੀ, ਮੁਗਲ ਸਰਾਏ ਜੰਕਸ਼ਨ ਨੂੰ ਭਾਰਤ ਦਾ ਸਭ ਤੋਂ ਵੱਡਾ ਜਿੱਦਾਂ ਜੰਕਸ਼ਨ ਮੰਨਿਆ ਜਾਂਦਾ, ਸ਼ਾਇਦ ਹੁਣ ਵੀ ਇਹੀ ਹੋਵੇ। ਕਾਫੀ ਸਾਲ ਪਹਿਲਾਂ ਤੱਕ ਤਾਂ ਮੁਗਲ ਸਰਾਏ ਹੀ ਸੀਗਾ ਜੀ, ਉਹਦਾ ਹੁਣ ਦੀਨ ਦਿਆਲ ਉਪਾਧਿਆਏ ਦੇ ਨਾਂ 'ਤੇ ਜਿੱਦਾਂ ਰੱਖ ਦਿੱਤਾ ਹੋਇਆ। ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ ਤੇ ਉਹ ਫਿਰ RSS ਦੇ ਜਿਹੜੇ ਪ੍ਰਮੁੱਖ ਰਹੇ ਨੇ ਬੰਦੇ, ਉਹਨਾਂ ਦੇ ਨਾਵਾਂ ਤੇ ਉਹ ਇੱਕ ਤਰ੍ਹਾਂ ਨਾਲ ਹਿੰਦੂ ਨੈਸ਼ਨਲਿਜ਼ਮ ਦਾ ਉਹ ਸੰਦੇਸ਼ ਦੇ ਰਹੀ ਹੈ। ਪਰ ਅਸੀਂ ਸਮਝਦੇ ਹਾਂ ਵੀ ਜਦੋਂ ਸਿੱਖਾਂ ਨੇ ਇੱਕ ਰੇਲ ਗੱਡੀ ਦਾ ਨਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਂ 'ਤੇ ਰੱਖਣ ਦਾ ਦੀ ਮੰਗ ਕੀਤੀ ਸੀ ਤੇ ਉਹਨੂੰ ਇੱਕ ਤਰ੍ਹਾਂ ਨਾਲ ਅੱਤਵਾਦੀ ਘਟਨਾ ਦੇ ਤੌਰ 'ਤੇ ਉਹ ਕਿੰਨੀਆਂ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਕਿੰਨਾ ਕੁਛ ਹੋਇਆ। ਈਵਨ ਹਰਿਮੰਦਰ ਸਾਹਿਬ ਦੇ ਜਿਹੜਾ ਮਾਡਲ ਸੀਗਾ ਰੇਲਵੇ ਸਟੇਸ਼ਨ 'ਤੇ ਪਿਆ, ਉਹ ਵੀ ਤੋੜ ਦਿੱਤਾ ਗਿਆ ਹਿੰਦੂ ਭੀੜਾਂ ਵੱਲੋਂ ਜਿਹਨੀ। ਪਰ ਹੁਣ ਕਿੰਨੀ ਸਹਿਜ ਨਾਲ ਹੀ ਉਹ ਸਾਰਾ ਕੁਛ ਆਪਣੇ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਇੰਪੋਜ਼ ਕੀਤਾ ਜਾ ਰਿਹਾ। ਜਿਹਨੀ ਇਹ ਕੋਈ ਵੱਡੀ ਗੱਲ ਨਹੀਂ ਸੀ ਵੀ ਹਰਿਮੰਦਰ ਜਿਹੜਾ ਅੰਮ੍ਰਿਤਸਰ ਸਟੇਸ਼ਨ ਆ ਉਹਦਾ ਨਾਂ ਇਸ ਤਰ੍ਹਾਂ ਰੱਖ ਦਿੱਤਾ ਜਾਂਦਾ ਤਾਂ ਕਿ, ਕਿਉਂਕਿ ਜਿਹੜਾ ਡੈਮੋਕ੍ਰੇਟਿਕ ਕੰਟਰੀ ਆ ਨਾ, ਡੈਮੋਕ੍ਰੇਟਿਕ ਕੰਟਰੀ 'ਚ ਤੁਸੀਂ ਫਿਰ ਜਦੋਂ ਇਹ ਕਹਿੰਦੇ ਹੋ ਵੀ ਸਾਰੇ ਬਰਾਬਰ ਨੇ, ਸਾਰੇ ਧਰਮ, ਸਾਰੀਆਂ ਕੌਮਾਂ ਆ, ਸਾਰੇ ਲੋਕ ਗੱਲਬਾਤ ਕਰਦੇ, ਧਰਮ ਨਿਰਪੇਕਸ਼ਤਾ ਦੀ ਜਿਹੜੀ ਗੱਲਬਾਤ ਹੈ ਈਵਨ ਕਿ ਸੰਵਿਧਾਨ ਦੇ ਵਿੱਚ ਵੀ ਕੀਤੀ ਜਾਂਦੀ ਹੈ, ਕਿਤੇ ਨਾ ਕਿਤੇ ਉਸਨੂੰ ਉਹ ਧਰਮ ਨਿਰਪੇਕਸ਼ਤਾ ਨੂੰ ਹਟਾਉਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਹਾਂ ਹਾਂ, ਤੇ ਇਹ ਹੈ ਨਾ ਵੀ ਫਿਰ ਤੁਸੀਂ ਜਸਟ ਹਿੰਦੂ ਮਾਡਲਸ ਕਿਉਂ ਇੰਪੋਜ਼ ਕਰ ਰਹੇ ਹੋ? ਕਿਤੇ ਨਾ ਕਿਤੇ ਗੁਰੂ ਸਾਹਿਬ ਦਾ ਵੀ ਕਰੋ। ਈਵਨ ਮੁਸਲਿਮ ਗਿਣਤੀ ਵੀ ਬਹੁਤ ਵੱਡੀ ਗਿਣਤੀ 'ਚ ਰਹਿੰਦੀ ਹੈ, ਉਹਨਾਂ ਦੇ ਆਪਣੇ ਹੀਰੋਜ਼ ਨੇ, ਉਹ ਸਾਰਿਆਂ ਦੇ ਨਾਵਾਂ 'ਤੇ ਰੱਖੋ ਨਾ, ਮਤਲਬ ਕਿ ਤਾਂ ਕਿ ਇੱਕ ਕਲੈਕਟਿਵ ਐਫਰਟ ਲੱਗੇ ਵੀ ਦੇਸ਼ ਇੱਕ ਬਹੁ ਕੌਮਾਂ ਦਾ ਜਿਹੜਾ ਗੁਲਦਸਤਾ ਹੈ। ਵੀ ਮਤਲਬ ਕਿ ਹੁਣ ਜਸਟ ਆਪਣੀ ਹਿੰਦੂ ਆਈਡਿਆਲੋਜੀ ਅਤੇ ਆਪਣੇ ਹਿੰਦੂ ਹੀਰੋ ਆ ਜਿਹੜਾ ਉਹੀ ਇੰਪੋਜ਼ ਕੀਤੇ ਜਾ ਰਹੇ ਆ, ਉਹਨਾਂ ਦਾ ਸਾਰਿਆਂ ਦੇ ਨਾਂ 'ਤੇ ਵੀ ਅੰਮ੍ਰਿਤਸਰ 'ਚ ਵੀ ਉਹਨਾਂ ਦਾ ਹੀ ਨਾਂ ਚੱਲੇ ਅਤੇ ਉੱਤਰਾਖੰਡ 'ਚ ਵੀ ਉਹਨਾਂ ਦਾ ਨਾਂ ਚੱਲੇ, ਆਸਾਮ 'ਚ ਵੀ ਉਹਨਾਂ ਦਾ ਨਾਂ ਚੱਲੇ। ਸੋ ਇਸ ਤਰ੍ਹਾਂ ਕਰਕੇ ਅਸੀਂ ਸਮਝਦੇ ਹਾਂ ਵੀ ਇੱਕ ਧਿਰ ਜਿਹੜੀ ਬਹੁ ਗਿਣਤੀ ਆ ਰਾਜ ਕਰ ਰਹੀ ਆ, ਉਹ ਆਪਣੇ ਮਾਡਲਸ ਅਤੇ ਆਪਣੀ ਆਈਡੀਆਲੋਜੀ ਆ ਉਹ ਬੰਦੂਕ ਦੀ ਨੋਕ 'ਤੇ ਇੰਪੋਜ਼ ਕਰ ਰਹੀ ਆ। ਇਹਦੇ ਨਾਲ ਸੰਕਟ ਪੈਦਾ ਹੋ ਸਕਦਾ ਡੈਮੋਕ੍ਰੇਸੀ ਲਈ ਵੀ ਅਤੇ ਜਿਹੜਾ ਸੈਕੂਲਰ ਆਸਪੈਕਟ ਆ ਭਾਰਤ ਦਾ ਨਾ, ਉਹਦੇ ਲਈ ਵੀ ਉਹ ਕਿਤੇ ਨਾ ਕਿਤੇ ਬਗਾਵਤ ਖੜ੍ਹੀ ਹੋ ਸਕਦੀ, ਫਿਰ ਅਰਾਜਕਤਾ ਫੈਲੂਗੀ, ਕਤਲੋਗਾਰਤ ਹੋਊਗੀ, ਜਿਵੇਂ ਫਿਰ ਉਹ ਦੇਸ਼ ਆ ਜਿਹੜਾ ਫਿਰ ਪਿੱਛੇ ਚਲੇ ਜਾਊਗਾ। ਇਕਨੋਮਿਕਲੀ ਹੁਣ ਜਿਹੜੀ ਡਿਵੈਲਪਮੈਂਟ ਹੋਈ ਆ ਜਾਂ ਜਿਸ ਤਰ੍ਹਾਂ ਚਲੋ ਸ਼ਾਂਤੀ ਬਣੀ ਹੋਈ ਆ ਕਿਸੇ ਨਾ ਕਿਸੇ ਢੰਗ ਨਾਲ, ਉਹ ਫਿਰ ਜਿਹੜਾ ਉਹ ਫੈਬਰਿਕ ਆ ਉਹ ਖਰਾਬ ਹੋ ਸਕਦਾ। ਬਿਲਕੁਲ ਜੀ, ਅਤੇ ਔਰ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਤੂਲ ਨਹੀਂ ਦੇਣੀ ਚਾਹੀਦੀ ਜਾਂ ਸਰਕਾਰ ਵੱਲੋਂ ਇਸ ਤਰੀਕੇ ਦੇ ਕਦਮ ਨਹੀਂ ਚੁੱਕੇ ਜਾਣੇ ਚਾਹੀਦੇ। ਜੇ ਆਪਾਂ ਦੂਸਰੇ ਬੰਨੇ ਗੱਲਬਾਤ ਕਰੀਏ, ਗੱਲ ਕੀਤੀ ਸੀ ਵਿਕਾਸ ਦੀ, ਗੱਲ ਕੀਤੀ ਸੀ ਚੰਗੇ ਦਿਨਾਂ ਦੀ, ਉਸ ਬੰਨੇ ਨੂੰ ਜਿਹੜਾ ਕੰਮਕਾਰ ਹੈ, ਈਵਨ ਕਿ ਨੌਕਰੀਆਂ ਨਹੀਂ ਦੇ ਰਹੀਆਂ, ਕਾਫੀ ਸਾਰੇ ਲੋਕ ਜਿਹੜੇ ਬੇਰੁਜ਼ਗਾਰ ਨੇ, ਅਤੇ ਜਿਹੜੇ ਦੂਸਰੇ ਮੁੱਦੇ ਨੇ ਉਹਨਾਂ ਦੇ ਵਿੱਚ ਉਲਝਾਇਆ ਜਾ ਰਿਹਾ, ਭਟਕਾਇਆ ਜਾ ਰਿਹਾ ਕਿਤੇ ਨਾ ਕਿਤੇ, ਚਾਹੇ ਉਹ ਹਿੰਦੂ ਮੁਸਲਿਮ ਵਿਵਾਦ ਹੋਵੇ ਜਾਂ ਚੀਜ਼ਾਂ ਜਗ੍ਹਾਵਾਂ ਦੇ ਜਿਹੜੇ ਨਾਮ ਚੇਂਜ ਕਰਨ ਵਾਲੇ ਹੋਣ, ਉਹਨਾਂ ਵਾਲੇ ਬੰਨੇ ਜਿਹੜੀ ਹੈਗੀ ਆ ਜ਼ਿਆਦਾ ਰਾਜਨੀਤੀ ਕੀਤੀ ਜਾ ਰਹੀ ਹੈ, ਔਰ ਕਿਤੇ ਨਾ ਕਿਤੇ ਸਰਕਾਰ ਦਾ ਇਸ ਪਾਸੇ ਫੇਲੀਅਰ ਰਿਹਾ ਹੈਗਾ।